वाहिगुरु जी का खालसा वाहिगुरु जी की फतेह। साथ सेवा की सफल है जित सतगुरु का मन मन दे महा संसार। सो गुरु प्यारी साध संगत जी आप जी के चरणों में बेनती की जाती है कि जिवें कि आप जी को पता है कि जो रणजीत नगारा जिस वेले धन धन साहब श्री गुरु नानक साहब जी का 550 साल अवतार गुरपुरब दुनिया भर च धूमधाम नाल मनाया जा रहा है, उसे पंजाब पाकिस्तान के साडे सत्कार योग भाजी सतप्रीत सिंह जी उत्थे गए, जो जाके उत्थे दर्शन किए, जिहड़े साडे गुरधाम जिहड़े खंडर बनते जा रहे हैं, जो कि असी 1947 तो लैके खालसा जी श्री नरकाणा साहब तो लैके सचखंड श्री हजूर साहब और देशों विदेशों के नित अरदास करते हैं, जिन्हों गुरधामों तो पंथ को विछोड़िया गया, साडा लहिंदा पंजाब ते चढ़दा पंजाब वख हो गया, साडा इतिहास जिहड़ा सी बहुत ज़्यादा इतिहास साडा लहिंदे पंजाब च चल गया। सो उन्हां गुरधामों के जदों दर्शन किए भाजी सतप्रीत सिंह जी वापस आए अमेरिका के, इतने आके इन्हां दी इत्थों दी सरकार नाल संगतां नाल इन्होंने विचार की कि सानूं कुछ उपराला करना चाहिए आ, तो इतों की सरकार ना राबता करके फिर इन्होंने जो पंजाब पाकिस्तान की सरकार है PSGPC के उत्ते वाका बोर्ड ट्रस्ट है उतों की पाकिस्तान की सरकार है उन्होंने राबता करके कि असी सेवा करनी चाहते हैं। इन्होंने रणजीत नगारा जी नाँ की एक संस्था खोली जिहदे थ्रू उतों की जो गुरद्वारा चूहा साहब जी है पहले पातशाही का स्थान, खालसा के माता जी माता साहब कौर जी का जन्म स्थान है, उन्होंने स्थानों की सेवा जो आपां गुरु साहब जी की कृपा ना मिली है। अज साडे दरम्यान बहुत ही सत्कारयोग पंथ दीआं माया नाज़ हस्तियां जिन्हां विचों सिंह साहब बाबा जंगवीर सिंह जी मुख कथावाचक सचखंड श्री हजूर साहब दमदमी टकसाल वाले अते 20वीं सदी के महान सिख नौजवानों के दिलों की धड़कन कहनी ते करनी ते पूरे दमदमी टकसाल के 14वें जहेदार श्रीमान संत जरनैल सिंह जी के खालसा जी के भ्राता जी कैप्टन हरचरण सिंह जी रोडे साहब, इसे तरह साडे सत्कारयोग भाई अवतार सिंह जी भाई सुलखण सिंह भाई मक्खण सिंह होर संगतां इत्थे पहुंचियां ने। मैं बाबा जंगवीर सिंह जी उन्हां नूं बेनती करांगा बाबा जी आप जी जो सेवा चल रही है दो शब्द जरूर संगतां दे नाल सांझे करो जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਜਿੱਥੇ ਸਤਿਗੁਰਾਂ ਜੀ ਨੇ ਅਵਤਾਰ ਧਾਰਿਆ। ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ ਸਿੱਖ ਪੰਥ ਦਾ ਪਹਿਲਾ ਸਥਾਨ, ਭਾਵੇਂ ਕਿ ਗੁਰੂ ਸਾਹਿਬ ਜੀ ਨੇ ਆਪ ਜਿਹੜਾ ਪਹਿਲਾ ਸਥਾਨ ਕਾਇਮ ਕੀਤਾ ਉਹ ਕਰਤਾਰਪੁਰ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖੀ ਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਆਪ ਪਿਉਂਦ ਲਾਈ, ਗਰੀਬ ਨਿਵਾਸ ਸਤਿਗੁਰਾਂ ਨੇ ਫਿਰ ਸਿੱਖੀ ਦੀ ਪਰਖ ਕੀਤੀ। ਐਸੇ ਐਸੇ ਮਹਾਨ ਪਵਿੱਤਰ ਸਥਾਨ ਜਿਹੜੇ ਸਾਡੀ ਰੂਹ ਦੀ ਖੁਰਾਕ ਹਨ, ਉਹ ਕੇਵਲ ਇੱਟਾਂ ਦੇ ਬਣੇ ਸਥਾਨ ਨਹੀਂ, ਜਿਹੜੇ ਸਾਡੇ ਇਤਿਹਾਸ ਦੀ ਨਿਸ਼ਾਨਦੇਹੀ ਕਰਦੇ ਆ, ਜਿਨ੍ਹਾਂ ਧਰਤੀ ਦੇ ਉਹਨਾਂ ਟੁਕੜਿਆਂ ਵਿੱਚ ਸਤਿਗੁਰਾਂ ਪਾਤਸ਼ਾਹ ਜੀ ਦੇ ਮਹਾਰਾਜ ਦੇ ਚਰਨ ਪਏ ਹੈ, ਅੱਜ ਵੀ ਧਰਤੀ ਜਿਹੜੀ ਹੈ ਸਤਿਗੁਰੂ ਜੀ ਦੇ ਸਪਰਸ਼ ਨੂੰ ਬਖਸ਼ਦੀ ਹੈ, ਜਿਹੜੇ ਸ਼ਰਧਾਵਾਨ ਗੁਰਸਿੱਖ ਪਿਆਰ ਨਾਲ ਉੱਥੇ ਦਰਸ਼ਨ ਕਰਨ ਲਈ ਜਾਂਦੇ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ, ਉਹਨਾਂ ਉਪਕਾਰਾਂ ਨੂੰ ਚੇਤੇ ਕਰਕੇ ਸ਼ਰਧਾਵਾਨ ਗੁਰਸਿੱਖਾਂ ਦੇ ਨੇਤਰ ਭਾਰ ਆਉਂਦੇ ਹੈ। ਮਾਤਾ ਜੀ ਦਾ ਪਾਵਨ ਸਥਾਨ ਅੱਜ ਜਦੋਂ ਅਸੀਂ ਦਰਸ਼ਨ ਕਰਦੇ ਸਾਂ, ਬਹੁਤ ਛੋਟਾ ਸਥਾਨ ਗੁਰਦੁਆਰਾ ਚੋਹਾ ਸਾਹਿਬ ਵੀ, ਜਿਨ੍ਹਾਂ ਅਸਥਾਨਾਂ ਦੀ ਬਹੁਤ ਭਾਰੀ ਸੇਵਾ ਦੀ ਲੋੜ ਸੀ, ਸਤਿਗੁਰੂ ਜੀ ਨੇ ਗੁਰਮੁਖਾਂ ਨੂੰ ਸਮੱਤ ਬਖਸ਼ੀ, ਉੱਦਮ ਦਿੱਤਾ ਅਤੇ ਇਹਨਾਂ ਗੁਰਮੁਖਾਂ ਨੂੰ ਭਾਵਨਾ ਬਖਸ਼ਿਸ਼ ਕੀਤੀ, ਜੋ ਇਸ ਸੇਵਾ ਦਾ ਵੱਡਾ ਕਾਰਜ ਇਹਨਾਂ ਨੇ ਆਰੰਭ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ, ਬਲ ਬਖਸ਼ਿਸ਼ ਕਰਨ, ਇਹਨਾਂ ਨੂੰ ਸਫਲਤਾ ਬਖਸ਼ਿਸ਼ ਕਰਨ, ਮਹਾਰਾਜ ਦੇ ਅਸਥਾਨਾਂ ਦੀ ਮਹਾਨ ਸੇਵਾ ਜਿਹੜੀ ਆ ਉਹ ਸੰਪੂਰਨ ਹੋਵੇ, ਸਤਿਗੁਰੂ ਜੀ ਰਹਿਮਤ ਕਰਨ, ਸਿੱਖ ਸੰਗਤਾਂ ਦਰਸ਼ਨ ਕਰਨ ਜਾਣ ਅਤੇ ਆਪਣੇ ਸੇਵਾ ਅਸਥਾਨਾਂ ਦੀ ਹੋਈ ਵੇਖ ਕਰਕੇ ਮਨ ਉਹਨਾਂ ਦੇ ਸਭ ਦੇ ਪ੍ਰਸੰਨ ਹੋਣ, ਵਿਸ਼ੇਸ਼ ਕਰਕੇ ਇਹਨਾਂ ਦੀ ਸੇਵਾ ਵਿੱਚ ਇਹ ਉੱਦਮ ਹੈ ਕਿ ਜਿਹੋ ਜਿਹੇ ਅਸਥਾਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਸ਼ੇਰੇ ਪੰਜਾਬ ਜੀ ਦੇ ਸਮੇਂ ਵਿੱਚ ਸਨ, ਉਹਨਾਂ ਨੂੰ ਤਬਦੀਲ ਨਹੀਂ ਕੀਤਾ ਜਾਣਾ, ਸੇਵਾ ਸੰਭਾਲ ਉਹਨਾਂ ਦੀ ਉਸੇ ਤਰ੍ਹਾਂ ਹੀ ਹੋਵੇਗੀ ਜਿਸ ਤਰ੍ਹਾਂ ਦੀ ਅੱਜ ਤੋਂ 100 ਸਾਲ ਪਹਿਲਾਂ ਜਾਂ 150 ਸਾਲ ਪਹਿਲਾਂ ਦਿੱਖ ਸੀ, ਅਤੇ ਉਹ ਮਟੀਰੀਅਲ ਵੀ ਜਿਹੜਾ ਹੈ ਉਹ ਨਹੀਂ ਬਦਲਿਆ ਜਾਵੇਗਾ। ਇਹ ਮਹਾਰਾਜ ਜੀ ਨੇ ਇਹਨਾਂ ਨੂੰ ਵੱਡੀ ਸਮੱਤ ਬਖਸ਼ੀ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਕਰਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।